गुरपुरब के महान आगमन ते लुधियाना दे विच किडिस पैराडाइज स्कूल कोचर मार्केट के छोटे छोटे बच्चों ने भी वाहेगुरु की भक्ति दे विच अपनी पूरी आस्था दिखाई। सिंह बच्चे बच्चियों के लिबास के विच पहुँचे छोटे छोटे बच्चों ने कीर्तन किया ते उन्होंने अध्यापकों ने उन्होंने इस पवित्र दिहाड़े का महत्व दसिया ते गुरु साहबाना के प्रति अपनी श्रद्धा भाव प्रकट करते दसे। विकास पामरी के नाल सुखविंदर सिंह, वॉइस ऑफ एशियंस लुधियाना। छोटे छोटे बच्चे पांच प्यारे सज के आए, कुछ बच्चे सिंगनी दे रूप विच आए। बच्चों ने कीर्तन करके मिट्टी धुंद जग चानण होवा सतगुर नानक प्रगटिया सब नू रूहानियत दे माहौल विच पहुँचा दिता। अज दे दिन मैं समुचे संसार नू श्री गुरु नानक देव जी दे आगमन पुरब दी वधाई दिंदिया होया ये दसना चाहवांगी कि श्री गुरु नानक देव जी ना केवल सिखां दे पहले गुरु ही सन, एक महान सुधारक, एक महान क्रांतिकारी, एक महान टीचर, एक महान पादोपकारी सन, जिन्हां ने अपनी बाणी दे विच उस समय दियां प्रचलित कुरीतियां दी कौर निंदिया कीती है। उस वक्त सती दी प्रथा, जात पात ते होर कई कुरीतियां नस्ली रंग भेद जोरां ते सन और उन्होंने अपनी बाणी विच इसते नूं महान दर्जा दिता। सो क्यों मंदा आखिए जित जमे राजा, इन्नियां सिंपल सिख्यावां उन्हां दियां सन कि उन्हां दियां असीं कोई भी सिख्या नूं अज अमल कर लईए तां असीं सचमुच उन्हां नूं एक बहुत ही प्यारे रूप दे विच उन्हां नूं याद कर सकते हां। सो अज दे दिन मिट्टी धुंद जग चानण हुआ, दुनिया ते अंधियारा मुक गया, चानण ही चानण बिखर गया और अज लोड़ है अजोके संसार नू उन्हां दी सिख्यावां ते अमल करन दी तां कि इह धरती एक वारी फिर रहण दे काबल हो सके। धन धन श्री गुरु नानक देव जी, धन धन श्री गुरु नानक देव। गुरपुरब के मौके पर ही गुरद्वारा श्री गुरु अर्जुन देव जी सेवक नगर ते प्रीत नगर लुधियाना विखे एक नगर कीर्तन बहुत ही श्रद्धा के नाल कढ़िया गया। इस मौके पर लोगों ने नगर कीर्तन के दौरान पुत्र बाणी गा के ते सुन के अपनी श्रद्धा भाव प्रकट किए। विकास पामरी, वॉइस ऑफ एशियंस लुधियाना।
ਗੁਰਦੁਆਰਾ ਪ੍ਰੀਤ ਨਗਰ ਜਿਹੜਾ ਕਿ 550 ਸਾਲਾ ਅਸੀਂ ਗੁਰਦੁਆਰਾ ਸਾਹਿਬ ਦਾ ਮਨਾ ਰਹੇ ਹਾਂ, ਗੁਰੂ ਨਾਨਕ ਦੇਵ ਜੀ ਦਾ ਸਾਰੇ ਮਹੱਲੇ 'ਚੋਂ ਗੁਜਰਦਾ ਹੋਇਆ, ਨਗਰ ਕੀਰਤਨ ਕੱਢ ਰਹੇ ਹਾਂ, ਗਿੱਲ ਰੋਡ ਤੋਂ ਹੁੰਦਾ ਆ, ਆਪਣੇ ਗੁਰਦੁਆਰਾ ਸਾਹਿਬ ਪਹੁੰਚੇਗਾ। ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਸਟਾਰਟ ਹੋਇਆ ਹੈਗਾ ਅਤੇ ਸਾਰੇ ਆਲੇ ਦੁਆਲੇ ਗਲੀਆਂ ਮੁਹੱਲੇ 'ਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਹੈਗੇ ਸਮਾਪਤ ਹੋਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਕਰਕੇ ਖੁਸ਼ੀ ਸੀ, ਨਗਰ ਕੀਰਤਨ ਕੱਢਿਆ ਗਿਆ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਤੋਂ, ਅਤੇ ਸੰਗਤਾਂ ਵੱਲੋਂ ਬਹੁਤ ਸਾਰਾ ਉਤਸ਼ਾਹ ਹੈ, ਸਾਂਝ ਧੂਮ ਧਾਮ ਦੇ ਨਾਲ ਇਸ ਗੁਰਪੁਰਬ ਮਨਾ ਰਹੇ ਆ। ਸ਼ੇਖਪੁਰਾ ਮੁਰਾਦਪੁਰਾ ਅਹਿਮਦਪੁਰਾ ਤੋਂ ਹੁੰਦਾ ਹੈ, ਗਿੱਲ ਰੋਡ ਤੋਂ ਹੁੰਦਾ, ਕਲਸਿਆ ਗੜੀ ਤੋਂ ਹੋ ਗਏ, ਇਸ ਤੋਂ ਬਾਅਦ ਸਿੱਧਾ ਆਪਣਾ ਗੁਰਦੁਆਰਾ ਸਾਹਿਬ ਸ਼ੇਖਪੁਰਾ ਦੀ ਸਮਾਪਤੀ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਭੈਣ ਜੀ, ਇਹ ਨਗਰ ਕੀਰਤਨ ਸਾਡਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਤੋਂ ਕੱਢਿਆ ਗਿਆ ਜੀ, ਮੇਲਰਗੰਜ ਦਾ ਪੂਰਾ ਏਰੀਆ ਕਵਰ ਕਰਦੇ ਹੋਏ ਅਸੀਂ ਗੁਰਦੁਆਰਾ ਸਾਹਿਬ ਦੁਆਰਾ ਵਾਪਸ ਪਲਟਾਂਗੇ। ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਸੰਗਤਾਂ ਦੇ ਸਹਿਯੋਗ ਨਾਲ ਇਸ ਨਗਰ ਕੀਰਤਨ ਨੂੰ ਅਸੀਂ ਉਪਰਾਲਾ ਕੀਤਾ ਗਿਆ ਜੋ ਸਿਰੇ ਚੜ੍ਹਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਹੂ ਕੇਤੂ ਮੰਗਲ ਸ਼ਨੀ ਆਦਿ 9 ਗ੍ਰਹਿਾਂ ਤੋਂ ਡਰਦੇ ਹੋਏ ਤਾਂ ਅਸੀਂ ਅਕਸਰ ਉਹਨਾਂ ਦੇ ਪਾਠ ਪੂਜਾ ਉਪਾਅ ਕਰਦੇ ਰਹਿੰਦੇ ਹਾਂ, ਲੇਕਿਨ 10ਵਾਂ ਗ੍ਰਹਿ ਯਾਨੀ ਕਿ ਸਾਡੀ ਧਰਤੀ ਦੇ ਨਾਲ ਪਿਆਰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਰਫ ਅਤੇ ਸਿਰਫ ਲੁਧਿਆਣਾ ਦੇ ਵਿੱਚ ਏਸ਼ੀਅਨ ਕਲੱਬ ਇੰਟਰਨੈਸ਼ਨਲ ਦੇ ਵੱਲੋਂ, ਜਿਹਦੇ ਫਾਊਂਡਰ ਅਤੇ MD ਜੋਤਿਸ਼ਾਚਾਰਿਆ ਸੁਖਮਿੰਦਰ ਸਿੰਘ, ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਨਵਗ੍ਰਹਿ ਦਿਵਿਆ ਬਨਸਪਤੀ ਦਲ ਭੇਂਟ ਕਰਦੇ ਨੇ, ਅਤੇ ਨਾਲ ਹੀ ਨਾਲ ਉਹਨਾਂ ਤੋਂ ਵਾਅਦਾ ਲੈਂਦੇ ਨੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ 1 ਸਾਲ ਦੇ ਵਿੱਚ 4 ਫਲਦਾਰ ਬੂਟੇ ਜ਼ਰੂਰ ਲਗਾਉਣਗੇ, ਉਹ ਵੀ ਕਿਸੇ ਪਬਲਿਕ ਪਲੇਸ 'ਤੇ। ਦੋਸਤੋ, ਤੁਸੀਂ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਅਤੇ 10ਵੇਂ ਗ੍ਰਹਿ ਯਾਨੀ ਕਿ ਧਰਤੀ ਨੂੰ ਖੂਬਸੂਰਤ ਬਣਾ ਦਿਓ। ਲੁਧਿਆਣਾ ਕੀ ਚੌਕੀ ਰਘੁਨਾਥ ਅਨਕਲੇਵ ਔਰ ਥਾਣਾ ਸਰਾਬਾ ਨਗਰ ਕੀ ਪੁਲਿਸ ਨੇ 4 ਐਸੇ ਬਹੁਤ ਹੀ ਕਮ ਉਮਰ ਕੇ ਨੌਜਵਾਨੋ ਕੋ ਗ੍ਰਿਫਤਾਰ ਕੀਆ ਹੈ, ਇੱਕ ਪਿਕਅਪ ਵੈਨ ਕੇ ਸਾਥ ਜੋ ਦੁਕਾਨੋ ਕੇ ਤਾਲੇ ਤੋੜਤੇ ਥੇ ਔਰ ਸਾਮਾਨ ਚੋਰੀ ਕਰਤੇ ਥੇ। ਇਨਸੇ 7 ਮੋਬਾਈਲ ਫੋਨ ਵੀ ਬਰਾਮਦ ਕੀਏ ਗਏ ਹੈ। ਇਸ ਬਾਰੇ ਮੈਂ ਤਮਾਮ ਜਾਣਕਾਰੀ ਦੀ ਲੁਧਿਆਣਾ ਕੇ ACP ਵੈਸਟ ਗੁਰਪ੍ਰੀਤ ਸਿੰਘ ਨੇ, ਜਿਨਕੇ ਸਾਥ ਥੇ ਸਰਾਬਾ ਨਗਰ ਕੇ SHO ਇੰਸਪੈਕਟਰ ਬ੍ਰਿਜ ਮੋਹਨ। ਇਸ ਦੇ ਨਾਲ ਹੀ ਲੁਧਿਆਣਾ ਦੀ PO ਵਿੰਗ ਦੀ ਪੁਲਿਸ ਨੇ ਇੱਕ ਪੁਲਿਸ ਦੇ ਭਗੌੜੇ ਪ੍ਰਭਜੋਤ ਸਿੰਘ ਨਾਮ ਦੇ ਇਨਸਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਗੁਰੂ ਨਾਨਕ ਦੇਵ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਆਰੋਪੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿੱਥੋਂ ਮਾਨਯੋਗ ਜੱਜ ਸਾਹਿਬ ਨੇ ਉਸਨੂੰ 14 ਦਿਨ ਦੇ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਲੁਧਿਆਣਾ ਕੇ ਇੰਟੀਰੀਅਰ ਔਰ ਐਕਸਟੀਰੀਅਰਸ ਕੇ ਸ਼ੌਕੀਨੋ ਕੇ ਲੀਏ ਇੱਕ ਖਾਸ ਖਬਰ ਹੈ। ਯਹਾਂ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੇਂ ਇੰਟੀਰੀਅਰ ਔਰ ਐਕਸਟੀਰੀਅਰ ਐਕਸਪੋ ਇੱਕ ਬੜੇ ਸ਼ੋਅ ਕਾ ਆਯੋਜਨ ਹੋਣੇ ਜਾ ਰਹਾ ਹੈ, 23 ਤਾਰੀਖ ਸੇ ਲੇਕਰ 25 ਤਾਰੀਖ ਤੱਕ। ਆਈਏ ਇਸ ਬਾਰੇ ਮੇਂ ਦੇਖਤੇ ਹੈਂ ਇੱਕ ਪ੍ਰੈਸ ਕਾਨਫਰੰਸ ਵਾਇਸ ਆਫ ਏਸ਼ੀਅਨਸ ਵਿਕਾਸ ਬਾਮਰੀ ਲੁਧਿਆਣਾ। ਮੈਂ ਪਿਛਲੇ ਸਾਲ ਦੁਬਈ 'ਚ ਬਹੁਤ ਵੱਡੀ ਕਾਨਫਰੰਸ ਕੀਤੀ ਸੀ, ਵਰਲਡ ਆਰਕੀਟੈਕਚਰ ਕਾਨਫਰੰਸ ਦੁਬਈ, ਜਿੱਥੇ ਕਿ ਢਿੱਲੋਂ ਸਾਹਿਬ ਵੀ ਗਏ ਸੀ, ਯੋਗੇਸ਼ਰ ਵੀ ਗਏ ਸੀ। ਅਤੇ ਇਸ ਸਾਲ ਅਸੀਂ 2019 'ਚ ਜੂਨ ਦੇ ਵਿੱਚ ਸਿੰਗਾਪੁਰ 'ਚ ਵੀ ਇੱਕ ਵਰਲਡ ਆਰਕੀਟੈਕਚਰ ਕਾਨਫਰੰਸ ਕਰ ਰਹੇ ਹਾਂ। 4 ਦਿਨਾਂ ਦੀ ਐਗਜੀਬਿਸ਼ਨ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗਰਾਊਂਡ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਹਰ ਸਾਲ ਦੀ ਤਰ੍ਹਾਂ 200-300 ਤੋਂ ਵੱਧ ਕੰਪਨੀਆਂ ਪਾਰਟੀਸਪੇਟ ਕਰਨਗੀਆਂ, ਅਤੇ ਆਰਕੀਟੈਕਚਰ ਬਿਲਡਿੰਗ ਮਟੀਰੀਅਲ ਦਿੱਤੇ ਜਾਣਗੇ, ਲੇਟੈਸਟ ਹੋਣਗੇ। ਕਿਉਂਕਿ ਲੁਧਿਆਣੇ 'ਚ ਆਪਾਂ ਦੇਖਦੇ ਹਾਂ ਕਿ ਲੋਕਾਂ ਦਾ ਸ਼ੌਕ ਜਿਵੇਂ ਕਾਰਾਂ ਵਧੀਆ ਖਰੀਦਦੇ ਨੇ ਅਤੇ ਮਕਾਨ ਦੁਕਾਨਾਂ ਫੈਕਟਰੀਆਂ ਬਹੁਤ ਸੋਹਣੀਆਂ ਬਣਾਉਂਦੇ ਨੇ, ਸ਼ਹਿਰ 'ਚ ਆਪਣਾ ਇੰਨਾ ਸਾਫ ਨਹੀਂ ਹੈ ਬਾਹਰੋਂ, ਪਰ ਬਿਲਡਿੰਗਾਂ ਜ਼ਿਆਦਾ ਸੁੰਦਰ ਹੈਗੀਆਂ ਨੇ, ਅਤੇ ਬਿਲਡਿੰਗਾਂ ਦੇ ਵਿੱਚ ਯੂਜ਼ ਹੋਣ ਵਾਲੇ ਮਟੀਰੀਅਲ ਇੱਕ ਮਕਾਨ। ਇਹ 4 ਦਿਨਾਂ ਐਗਜੀਬਿਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ, 23 ਤਰੀਕ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਗਜੀਬਿਸ਼ਨ ਗਰਾਊਂਡ ਦੇ ਵਿੱਚ। ਇਹ ਐਗਜੀਬਿਸ਼ਨ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜੀ ਅਤੇ ਸਾਡੇ ਫੂਡ ਐਂਡ ਸਿਵਲ ਸਪਲਾਈਜ਼ ਕੈਬਨਿਟ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੀ ਅਤੇ ਮੇਅਰ ਬਲਕਾਰ ਸਿੰਘ ਜੀ ਜੁਆਇੰਟਲੀ ਕਰਨਗੇ। ਇਹ 4 ਦਿਨਾਂ ਐਗਜੀਬਿਸ਼ਨ ਦੇ ਵਿੱਚ 200 ਤੋਂ ਵੱਧ ਸਟਾਲਾਂ ਇੰਡੀਆ ਦੇ ਅਲੱਗ ਅਲੱਗ ਕੋਨਿਆਂ ਤੋਂ ਮੈਨੂਫੈਕਚਰਰ ਲਗਾਉਣਗੇ, ਅਤੇ ਇੱਥੇ ਅਸੀਂ ਉਮੀਦ ਕਰਦੇ ਹਾਂ ਕਿ 50,000 ਤੋਂ ਵੱਧ ਵਿਜ਼ਿਟਰ ਜਿਹੜੇ ਇੱਥੇ ਵਿਜ਼ਿਟ ਕਰਨਗੇ। ਇਸ ਐਗਜੀਬਿਸ਼ਨ ਨੂੰ 1,000 ਤੋਂ ਵੱਧ ਆਰਕੀਟੈਕਟਸ, ਇੰਟੀਰੀਅਰ ਡਿਜ਼ਾਈਨਰਸ ਔਰ ਬਿਲਡਰਸ ਔਰ ਇੰਜੀਨੀਅਰਸ ਜਿਹੜੇ ਕਿ ਕੰਸਟਰਕਸ਼ਨ ਲਾਈਨ ਦੇ ਵਿੱਚ
बिजी रहते हैं वो इनू देखने आ रहे हैं। और सानू खुशी की गल है कि लुधियाने तो बाहर के घट्टो घट 300 आर्किटेक्ट इतने विजिट करेंगे ते पंजाब तो बाहर के भी 100 आर्किटेक्ट इतने स्पैशल आ रहे हैं। केरला तो मिस्टर नजीब आ रहे हैं, बैंगलोर तो आर्किटेक्ट्स आ रहे हैं, गोवा तो आर्किटेक्ट्स आ रहे हैं और राजस्थान तो आ रहे हैं, दिल्ली तो आ रहे हैं। यह बड़ी मान की गल हैगी है कि उत्थे साडा शनिवार को असी एक क्रिकेट टूरनामेंट भी रखे जिते कि पंजाब के अलग अलग डिस्ट्रिक्ट आर्किटेक्ट्स अपना क्रिकेट टूरनामेंट चलूगा तो पैरल असी एक एनर्जी कंजरवेशन के उत्ते वर्कशॉप भी रखी हुई है अंदर हॉल के। उस तो अलावा रात को साड़ी अवार्ड नाइट हैगी है होटल रेडिसन ब्लू के। सर इंटेक्स एक्सपो एग्जीबिशन है जो इंटरनेशनल लैवल की एक एग्जीबिशन है और पंजाब एग्रीकल्चर यूनिवर्सिटी के एग्जीबिशन ग्राउंड के असं लगा रहे हैं। इस वे जो इंफ्रास्ट्रक्चर लग रहा है वर्ल्ड क्लास इंफ्रास्ट्रक्चर असं लगा रहे हैं ताकि बेस्ट असी जी सा कंपनी आ रही उन्होंने बेस्ट इंफ्रास्ट्रक्चर दे सके पार्टिसपेट कर। तकरीबन 200 के करीब आर्किटेक्ट 200 के करीब कंपनियां पार्टिसपेट कर रही हैं और मैं सारे पंजाब के सारे नॉर्थ इंडिया के लोगों को कहूँगा कि वो आन इनू विजिट कर और बद तो वह फायदा लैन। मैं आर्किटेक्ट्स कहूँगा, इंटीरियर डिजाइनर्स बिल्डर्स सबन कहूँगा कि मैक्सीम यदा फायदा लैन क्योंकि कंपनियां बहुत दूर आ रही हैं, कोई ओवरसीज तो आए, कोई साउथ तो आए, कोई क्योंकि हर इंडिया के कोने कोने तो कंपनियां पार्टिसपेट कर रही और बेस्ट अपनी लेटेस्ट टेक्नोलॉजी लैके आ रहे हैं तो वह तो वह फायदा चक्या जा सके। थैंक यू। तो दोस्तों बताइएगा कैसी लगी आपको हमारे इस बुलेटिन की खबरें और बेहतरीन बहुत सी सनसनीखेज खबरें देखने के लिए और अलग अलग जानकारियां हासिल करने के लिए आप हमारे इस चैनल वॉइस ऑफ एशियंस को सब्सक्राइब करना मत भूलिएगा। और हाँ, हम फेसबुक और इंस्टा पर भी हैं। फिर मिलेंगे और खबरों के साथ, तब तक के लिए दीजिए इजाज़त सुखमिंदर सिंह को वॉइस ऑफ एशियंस लुधियाना से।